ਮੈਂ ਕਰਦਾ ਆ ਕੰਮ ਸਿੱਧੇ ਤੇ ਪੈ ਜਾਂਦੇ ਨੇ ਪੁੱਠੇ, ਮੈਂ ਜਦ ਵੀ ਗਲੀ ਚੋਂ ਲੰਘਦਾ ਤਾਂ ਭੌਂਕਣ ਲੱਗਦੇ ਕੁੱਤੇ, ਉਹ ਇੱਕੋ ਥਾਲੀ ਦੇ ਨੇ ਸਭ ਚੱਟੇ ਫੱਟੇ, ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਓਏ ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਓਏ ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਪੈਣ ਦੁਲੱਤੇ ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਓਏ ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਓਏ ਰੱਖ ਦੇ ਫੱਟੇ ਬੇਲੀਆ ਤੂੰ ਰੱਖ ਦੇ ਫੱਟੇ, ਲਓ ਵੀ ਮੁੰਡਿਓ ਰੱਖੋ ਸੂਟਕੇਸ, ਤੂੰ ਰੱਖ ਦੇ ਤੇਰੇ ਹੱਥੋਂ ਪਲਸਤਰ ਹੋਇਆ, ਉਹ ਮੈਂ ਤਾਂ ਰੱਖ ਹੀ ਦੇਣਾ ਤੈਨੂੰ ਮੜ ਕੇ ਗੋਡੇ ਤੇ ਲਾਉਣਾ, ਉਹ ਗੋਡੇ ਤੇ ਲਾਉਣ ਨੂੰ ਮੈਂ ਜੰਡੂ ਬਾਵਾਂ, ਉਹ ਤੁਸੀਂ ਮਗਜੌਲ ਫੇਰ ਮਾਰ ਲਿਓ, ਤੁਹਾਡੇ ਨਾਲ ਚੱਕਰ ਕਰਕੇ ਮੇਰੀ ਫਲਾਈਟ ਨੂੰ ਲੰਘ ਜਾਏ ਉੱਥੋਂ, ਜੇ ਇੰਨਾ ਔਖਾ ਫਿਰ ਆਪ ਰੱਖ ਲੈ, ਲੈ ਪਿੱਛੇ ਹੋ ਮੈਂ ਆਪ ਹੀ ਰੱਖ ਲੈਣਾ, ਲੈ ਆ ਜਾ ਰੱਖ ਲਾ, ਹੁਣ ਵੀ ਤਾਂ ਹਟੇ ਹੀ ਹੈ ਪਹਿਲਾਂ ਹੀ ਹਟ ਜਾਂਦਾ, ਸਾਲੇ ਤੁਹਾਡੀਆਂ ਆਹੀ ਗੱਲਾਂ ਕਰਕੇ ਪਿੰਡ ਚੱਲਿਆ ਮੈਂ ਮੁੜ ਕੇ, ਉਹ ਜਾਣਦੇ ਤੈਨੂੰ ਵੱਡੇ ਨੂੰ ਕੈਨੇਡਾ ਦੇ ਭਾਂਡੇ ਵਿੱਚ ਚੱਲੇ ਸੀ, ਆਹ ਹੁਣ ਚਾਰ ਪੈਸੇ ਆ ਗਏ ਤੈਨੂੰ ਪਿੰਡ ਯਾਦ ਆ ਗਿਆ, ਉਹ ਕੈਨੇਡਾ ਕਿੱਥੋਂ ਕਰ ਲੂ ਪਿੰਡ ਦਾ ਮੁਕਾਬਲਾ, ਉਹ ਜਾਣਦੇ ਤੇਰੇ ਵਰਗਿਆਂ ਨੂੰ, ਜਦੋਂ ਕੈਨੇਡਾ ਜਾਣਾ ਹੁੰਦਾ ਉਦੋਂ ਕੈਨੇਡਾ ਬਹੁਤ ਚੰਗਾ ਹੋ ਜਾਂਦਾ, ਜਦੋਂ ਪਿੰਡ ਜਾਣਾ ਹੁੰਦਾ ਉਦੋਂ ਪਿੰਡ ਬਹੁਤ ਚੰਗਾ ਹੋ ਜਾਂਦਾ, ਉਹ ਤੁਸੀਂ ਗਿਆਨ ਫੇਰ ਵੰਡ ਲਿਓ, ਪਹਿਲਾਂ ਗਲੇ ਤਾਂ ਮਿਲ ਲਓ, ਫਿਰ ਐਵੇਂ ਯਾਦ ਕਰ ਕਰ ਰੋਈ ਜਾਓਗੇ ਮੈਨੂੰ, ਨਾ ਯਾਦ ਕਰਕੇ ਰੋਣ ਨੂੰ ਸਾਡੀ ਪੁਰਾਣੀ ਸਹੇਲੀ ਆ, ਉਹ ਸਹੇਲੀ ਨਾ ਸਹੀ ਯਾਰ ਹੀ ਸਹੀ, ਚਲਾ ਜਾ ਫਿਰ, ਉਹ ਬਸ ਕਰ ਕੁੜੀ ਵਿਦਾ ਕਰਨ ਲੱਗਿਆ ਵੱਡਿਆ ਬਾਬਲਾ, ਹੁਣ ਸ਼ਗਨ ਵਿਹਾਰ ਕਰਕੇ ਤੋਰੇਗਾ, ਆ ਜਾ ਤੂੰ ਵਿਦਾ ਕਰ ਲਾ, ਉਹ ਹੁਣ ਤੂੰ ਵੀ ਆ ਜਾ, ਲੈ ਆ ਜਾਂਦੇ ਹਾਂ, ਚੱਲ ਠੀਕ ਹੈ ਮੈਂ ਚੱਲਦਾ ਫਿਰ, ਪਹੁੰਚ ਕੇ ਕਰਦੇ ਹਾਂ ਬਾਕੀ ਫੋਨ ਤੇ ਗੱਲ, ਚੱਲ ਧਿਆਨ ਰੱਖੀ, ਉਹ ਚੱਲ ਇਹਨਾਂ ਉਦਾਸ ਕਾਹਨੂੰ ਹੁੰਦਾ, ਇਹਨੇ ਪਿੰਡ ਜਾ ਕੇ ਜ਼ਿਆਦਾ ਖੁਸ਼ ਰਹਿਣਾ, ਉਹ ਯਾਰ ਮੈਂ ਉਦਾਸ ਇਸ ਲਈ ਥੋੜ੍ਹੀ ਹਾਂ, ਹਾਂ ਉਦਾਸ ਮੈਂ ਇਸ ਲਈ ਹਾਂ ਵੀ ਹੁਣ ਰੈਂਟ ਕਿੰਨਾ ਕਿੰਨਾ ਆਊ, ਜਿੰਨਾ ਮਰਜ਼ੀ ਆਵੇ ਆਪਾਂ ਕਿਹੜਾ ਦੇਣਾ, ਤੁਸੀਂ ਕਿਹਾ ਕਿ ਤੁਹਾਡਾ ਤਾਂ ਬੁੜਾ ਵੀ ਦਿਓ ਰੈਂਟ, ਕਦੇ ਕੋਈ ਆ ਗਿਆ ਕਦੇ ਕੋਈ ਵੱਗ ਗਿਆ, ਰੋਜ਼ ਤਾਂ ਆਹੀ ਕੰਮ ਤੋਰ ਲਿਆ, ਉਹ ਨਹੀਂ ਨਹੀਂ ਜੀ ਬਾਈ ਦੇ ਕਹਿਣ ਦਾ ਮਤਲਬ ਸੀ ਵੀ ਅਸੀਂ ਕਿਹੜਾ ਰੈਂਟ ਲੇਟ ਦੇਣਾ, ਅਸੀਂ ਤਾਂ ਟਾਈਮ 'ਤੇ ਦੇ ਦਿਆ ਕਰਨਾ ਅਗਲੇ ਮਹੀਨੇ ਤੋਂ, ਅਗਲੇ ਮਹੀਨੇ ਤੋਂ ਰੈਂਟ ਮੈਨੂੰ ਅੱਜ ਚਾਹੀਦਾ, ਉਹ ਵੀ ਪਿਛਲੇ 2 ਮਹੀਨਿਆਂ ਦਾ ਇਕੱਠਾ, ਗੁਰੂ ਬਾਈ ਇੱਕ ਕੰਮ ਕਰ ਆਪਦੀ ਜੇਬ 'ਚੋਂ ਨੋਟ ਕੱਢ ਅਤੇ ਸੱਜਣ ਬੰਦੇ ਦੇ ਮੂੰਹ 'ਤੇ ਮਾਰ, ਸਾਲੇ ਟੁੰਡਾ ਦੀ ਨਾ ਤੁਹਾਨੂੰ ਹੱਥ 'ਚ ਫੜਾ ਦਿਓ ਜਿਹੜੇ ਪੈਸੇ ਫੜਾਉਣੇ ਆ, ਹੱਥ ਵੀ ਕਾਹਨੂੰ ਫੜਾਉਣੇ ਆ, ਕੀ ਮਤਲਬ, ਮੇਰਾ ਮਤਲਬ ਤੁਸੀਂ ਆਪਣੀ ਈਮੇਲ ਆਈ ਡੀ ਦੇਵੋ, ਮੈਂ ਤੁਹਾਡੇ ਸਿੱਧੇ ਅਕਾਊਂਟ 'ਚ ਪਾਉਣਾ, ਇਹ ਆ ਚੱਕ ਜੀ, ਡਨ, ਹੋਰ ਸੇਵਾ ਦੱਸ, ਸੇਵਾ ਨੂੰ ਤੁਸੀਂ ਲੋਕ ਭਲਾਈ 'ਚ ਲੱਗੇ ਹੋ, ਲੈ ਭਾਅ ਜੀ ਅਸੀਂ $1 million ਦੇ ਘਰ ਦੀਆਂ ਕਿਸ਼ਤਾਂ ਦੇ ਥੋੜ੍ਹੀ ਹੈਲਪ ਕਰ ਰਹੇ ਹਾਂ, ਉਹ ਵੀ ਇੰਨੇ ਹਾਈ ਇੰਟਰਸਟ ਟਾਈਮ 'ਚ, ਇਹਨੂੰ ਤੁਸੀਂ ਲੋਕ ਭਲਾਈ ਸਮਝੋ, ਉਹ ਵੀ ਰਿਸੈਸ਼ਨ 'ਚ, ਮਹਿਲਾ ਵਰਗੀਆਂ ਬੇਸਮੈਂਟਾਂ 'ਚ ਵੀ ਤਾਂ ਤੁਸੀਂ ਰਹਿੰਦੇ ਹੋ ਫਿਰ, ਤੌਬਾ ਤੌਬਾ ਤੌਬਾ, ਜੇ ਕਿਤੇ ਪਤਾ ਲੱਗ ਜਾਂਦਾ ਧਰਤੀ ਦੇ 15 ਫੁੱਟ ਥੱਲੇ ਕਿਹੜੇ ਮੁਗਲ ਬਾਦਸ਼ਾਹ ਨੇ ਮਹਿਲ ਇਨਵੈਂਟ ਕੀਤਾ ਸੀ, ਉਹਦਾ ਸਰ ਮੈਂ ਆਪ ਕਲਮ ਕਰਾਂ, ਉਹ ਬਾਓ ਤੇਰੇ ਜੀਤਾ ਕਰਦਾ ਤਾੜੀਆਂ ਮਾਰਾਂ, ਪਰ ਸ਼ਰਤ ਹੈ ਵੀ ਤੁਹਾਡਾ ਦੋਨਾਂ ਦਾ ਸਿਰ ਵਿੱਚ ਹੋਵੇ, ਤੁਹਾਨੂੰ ਕੱਲ੍ਹ ਦੇ ਆਇਆਂ ਨੂੰ ਆਉਂਦੀਆਂ ਗੱਲਾਂ, ਲੰਘ ਜਾਓ ਥੱਲੇ ਨੂੰ, ਬਸ ਪਰ ਇਹ ਤੋਂ ਪਹਿਲਾਂ 2 ਬੈਡਰੂਮ ਦੇ ਮਹਿਲ ਦੀ ਹੱਥੋਂ ਬੈਠੀਏ,
ਅਸੀਂ ਸੋਚਦੇ ਸੀਗੇ ਵੀ ਹੁਣ ਹੈਪੀ ਚੱਲਿਆ ਗਿਆ, ਅਸੀਂ ਤੀਜਾ ਮੁੰਡਾ ਰੱਖ ਲਈਏ ਕੋਈ। ਤਿੰਨ ਤੋਂ ਵੱਧ ਨਹੀਂ ਚਾਹੀਦੇ ਥੱਲੇ, ਅਤੇ ਨਾਲੇ ਕਿਰਾਇਆ ਟਾਈਮ 'ਤੇ। ਠੀਕ ਹੈ ਜੀ। ਆ ਤਿੰਨਾਂ ਦੀ ਫੋਟੋ ਤੈਨੂੰ ਵਟਸਐਪ ਕਰਤੀ ਆ, ਨਾਮ ਅਤੇ ਐਡਰੈਸ ਵਿੱਚ ਹੀ ਆ। ਹੁਣ ਤੇਰੀ ਜ਼ਿੰਮੇਵਾਰੀ ਆ ਉਹਨਾਂ ਨੂੰ ਸੈੱਟ ਕਰਨਾ। ਦੋ ਘੰਟੇ ਲੱਗਣਗੇ, ਸੈੱਟ ਤਾਂ ਮੈਂ ਐਸੇ ਕਰੂੰਗਾ ਨਾ, ਮੇਰੇ ਸਾਲੇ ਸਵੇਰ ਨੂੰ ਉਲਟੀਆਂ ਮਾਰਦੇ ਫਿਰਨੇ। ਉਹ ਭਰਾਵਾ ਸ਼ਰਾਬ ਨਾਲ ਨਹੀਂ ਸੈੱਟ ਕਰਨੇ, ਫੈਂਟਾ ਚਾਹਣਾ ਫੈਂਟਾ ਸਾਲਿਆਂ ਦਾ। ਮੈਂ ਵੀ ਕਹਾਂ ਤੁਸੀਂ ਮੈਨੂੰ ਕਿਹੜੇ ਕੰਮ ਲਾਈ ਜਾਂਦੇ, ਉਹ ਸ਼ਰਾਬ ਨਾਲ ਤੁਸੀਂ ਆਪ ਵੀ ਸੈੱਟ ਕਰ ਸਕਦੇ ਸੀ। ਚਲੋ ਕੋਈ ਨਹੀਂ ਚਰਿੱਤਰ ਸਾਹਿਬ, ਮੈਂ ਕਰ ਦੂੰਗਾ। ਉਹ ਤੇਰੇ ਛੋਟੇ ਹੁੰਦਾ ਸਿਰ 'ਚ ਸੱਟ ਲੱਗ ਗਈ ਸੀ। ਦੇਖਿਆ ਤਾਂ ਮੈਂ ਬਹੁਤ ਵਾਰੀ ਸੀ ਬਾਈ ਜੀ, ਪਰ ਤੁਹਾਨੂੰ ਕਿੱਦਾਂ ਪਤਾ ਲੱਗਿਆ? ਆ ਜਿਹੜੇ ਲੈ ਉਹਦੀ ਚਵਲ ਮਾਰੀ ਹੈ ਨਾ, ਮੈਂ ਉੱਥੋਂ ਹਿਸਾਬ ਲਾ ਲਿਆ। ਭਾਜੀ ਬੜੇ ਮਜ਼ਾਕੇ ਹੋ ਤੁਸੀਂ, ਬੜੇ ਮਜ਼ਾਕੇ ਹੋ ਜਲੋਤਰ ਸਾਹਿਬ। ਚੱਲ ਕੋਈ ਨਾ, ਦੱਸ ਕੰਮ ਕਿੱਦਾਂ ਕਰੂ? ਕੰਮ ਬਸ ਤੁਹਾਡਾ ਹੋਇਆ ਸਮਝੋ, ਥੋੜ੍ਹੀ ਸੇਵਾ ਪਾਣੀ ਕਰ ਜਾਂਦੇ, ਗੱਡੀ ਤੇਲ ਤੂਲ ਵੀ ਪਾਉਣਾ ਹੁੰਦਾ ਜੀ। ਆਹ ਚੱਕ ਅਤੇ ਬਾਕੀ ਕੰਮ ਹੋਣ ਤੋਂ ਬਾਅਦ ਤੁਸੀਂ ਜਾ ਕੇ ਸੌਂ ਜਾਓ ਜਲੋਤਰਾ ਸਾਹਿਬ, ਕੰਮ ਤੁਹਾਡਾ ਹੋਇਆ ਹੀ ਸਮਝੋ, ਹੋਣਾ ਹੀ ਚਾਹੀਦਾ। ਬਈ ਮੈਂ ਸੁਣਿਆ ਇਹ ਏਜੰਸੀ ਕੰਮ ਦਵਾਉਣ ਦੀ 100% ਗਰੰਟੀ ਲੈਂਦੀ ਹੈ। ਯਾਰ ਮਿਲੀ ਹੈ ਤਾਂ ਜਾਣੇ, ਗਰੰਟੀਆਂ ਗਰੰਟੀਆਂ ਸਰਕਾਰ ਵਰਗੀਆਂ ਹੁੰਦੀਆਂ ਨਾ। ਕੁਕਿੰਗ ਕਰ ਸਕਦੇ? ਨਹੀਂ ਜੀ। ਕੋਈ ਕਲੀਨਿੰਗ ਦਾ ਕੰਮ? ਨਹੀਂ ਜੀ। ਹੈਂਡੀਮੈਨ ਦਾ ਕੰਮ ਆਉਂਦਾ ਹੋਵੇ? ਨਹੀਂ ਜੀ। ਚਲੋ ਫਿਰ ਲੇਬਰ ਲੂਬਰ ਤਾਂ ਕਰ ਹੀ ਲਾਉਂਗੇ। ਮੈਮ ਮੈਂ ਤੁਹਾਨੂੰ ਲੇਬਰ ਕਰਨ ਵਾਲੇ ਲੱਗਦੇ, ਕਮਾਲ ਕਰਦੇ ਹੋ ਤੁਸੀਂ। ਅਸੀਂ ਜੀ ਕੋਈ ਵਾਈਟ ਕਲਰ ਜਾਬ ਲੱਭਦੇ ਹਾਂ। ਨਾ ਹੁਣ ਮੈਨੂੰ ਸੁਪਨੇ ਆਉਂਦਾ ਤੁਹਾਡੇ ਕੋਲ ਕਿਹੜੇ ਕੰਮ ਦਾ ਐਕਸਪੀਰੀਅੰਸ ਹੈਗਾ ਕਿਹੜੇ ਦਾ ਨਹੀਂ। ਸੁਪਨੇ ਕਾਹਨੂੰ ਦੇਖਣੇ, ਸਾਨੂੰ ਪੁੱਛ ਹੀ ਲਵੋ, ਸਾਡੇ ਕੋਲ ਟਰੈਕਿੰਗ ਦਾ ਐਕਸਪੀਰੀਅੰਸ ਹੈ। ਨਾ ਤਾਂ ਫਿਰ ਤੁਸੀਂ ਜ਼ਰੂਰੀ ਨਹੀਂ ਸਮਝੋ, ਕੋਈ ਰੈਜ਼ਮੇ ਬਣਾ ਲਈਏ। ਰੈਜ਼ਮੇ ਤੁਸੀਂ ਪਹਿਲਾਂ ਥੱਬਾ ਰੱਖੀ ਬੈਠੇ ਹੋ, ਔਰ ਸਾਰੇ ਰੈਜ਼ਮੇ 'ਚ ਇੱਕੋ ਹੀ ਗੱਲ ਲਿਖੀ ਹੁੰਦੀ ਹੈ। ਨਾਲੇ ਰੈਜ਼ਮੇ ਤੋਂ ਕੀ ਕਰਾਉਣਾ ਜੀ, ਤੁਸੀਂ ਸਾਡੇ ਤੋਂ ਇੱਕ ਅੱਧਾ ਦਿਨ ਕੰਮ ਕਰਾ ਕੇ ਦੇਖੋ, ਅਸੀਂ ਬਹੁਤ ਹੀ ਜ਼ਿਆਦਾ ਮਿਹਨਤੀ ਅਤੇ ਲਾਇਬਲ ਬੰਦੇ ਹਾਂ। ਇਹਦਾ ਮਤਲਬ ਰਿਲਾਇਬਲ? ਰਿਲਾਇਬਲ ਹਾਂਜੀ। ਡਰਾਈਵਿੰਗ ਦੇ ਬਾਹਲੇ ਮਾੜੇ ਹਾਲ ਨੇ, ਮੈਂ ਸੁਣਿਆ ਟਰੈਕਿੰਗ ਕੰਪਨੀਸ ਕੋਲ ਲੋਡ ਹੀ ਨਹੀਂ ਹੈਗੀ, ਅਤੇ ਜੇ ਲੋਡ ਹੈਗੀ ਤਾਂ ਵਧੀਆ ਰੇਟ ਨਹੀਂ ਹੈਗਾ, ਅਤੇ ਜੇ ਰੇਟ ਹੈਗਾ ਤਾਂ ਡੀਜ਼ਲ ਦੇ ਟਰੱਕ 'ਤੇ ਕਿਸ਼ਤਾਂ ਦੇ ਦੂ ਕੇ ਲੈ ਦੇ ਕੇ ਰੱਬ ਦਾ ਨਾ ਹੀ ਬਚਦਾ। ਦੇਖੋ ਤੁਹਾਡੇ ਕੋਲ ਕੋਈ ਨਾ ਕੋਈ ਕੰਮ ਤਾਂ ਹੋਊਗਾ, ਜੇ ਤੁਹਾਡੇ ਕੋਲ ਕੰਮ ਨਹੀਂ ਮਿਲਿਆ ਤਾਂ ਫਿਰ ਕਿੱਥੋਂ ਮਿਲਣਾ? ਸਾਡੇ ਕੋਲ ਵੇਅਰ ਹਾਊਸ ਲੇਬਰ ਦੀਆਂ ਕੁਝ ਪੋਜੀਸ਼ਨਸ ਆਈਆਂ ਅੱਜ, ਕੰਮ ਥੋੜ੍ਹਾ ਹੈਵੀ ਹੈ, ਸਟਾਰਟ ਭਾਵੇਂ ਕੱਲ੍ਹ ਤੋਂ ਕਰ ਲਓ। ਮੈਮ ਤੁਸੀਂ ਫਿਰ ਉਹੀ ਲੇਬਰ ਵਾਲੀ ਗੱਲਾਂ 'ਤੇ ਉਤਰੇ ਆਏ? ਨਾ ਦੇਖੋ ਰੈਜ਼ੂਮੇ ਤੁਹਾਡੇ ਕੋਲ ਨਹੀਂ ਹੈਗਾ, ਕੋਈ ਸਕਿੱਲ ਸੈੱਟ ਨਹੀਂ, ਕੋਈ ਚੱਜ ਦੀ ਐਜੂਕੇਸ਼ਨ ਨਾ, ਕੋਈ ਐਕਸਪੀਰੀਅੰਸ। ਗੱਲਾਂ ਤੁਸੀਂ ਐਂ ਕਰੀ ਜਾਂਦੇ ਜਿਵੇਂ ਵੱਡੀ ਵੱਡੀ ਕੰਪਨੀ ਦੇ ਸੀਈਓ ਲੱਗੇ ਹੋਵੋ। ਤੁਸੀਂ ਨਹੀਂ, ਸਾਨੂੰ ਥੋੜ੍ਹਾ ਲਾਈਟਲੀ ਲੈ ਰਹੇ ਹੋ। ਅਤੇ ਹੋਰ ਹੁਣ ਮੈਂ ਤੁਹਾਨੂੰ ਡਾਕ ਲਈ ਲਵਾਂ, ਤੁਹਾਡੇ ਵਰਗੀ ਲੇਬਰ ਨਾ ਨਿੱਤ ਉਤਰਦੀ ਇੱਥੇ ਜਹਾਜ਼ ਤੋਂ। ਮੈਮ ਤੁਸੀਂ ਫਿਰ ਸਾਨੂੰ ਲੇਬਰ ਲੇਬਰ ਕਹਿ ਰਹੇ ਹੋ? ਤਾਂ ਲੇਬਰ ਨੂੰ ਲੇਬਰ ਹੀ ਕਹਾਂਗੇ, ਹੋਰ ਕੀ ਕਹਾਂ? ਬਾਈ ਯਾਰ ਫਿਰ ਲੇਬਰ ਲੇਬਰ ਕਹਿ ਰਹੀ ਹੈ ਮੈਡਮ ਆਪਾਂ ਨੂੰ। ਅਸਲ ਦੇ ਵਿੱਚ ਨਾ ਤੁਸੀਂ ਸਾਡਾ ਟੈਲੈਂਟ ਨਹੀਂ ਪਛਾਣ ਰਹੇ। ਤੁਸੀਂ ਐਂ ਕਰੋ ਫਿਰ ਆਪਣਾ ਟੈਲੈਂਟ ਲਓ, ਕਿਸੇ ਟੈਲੈਂਟ ਸ਼ੋਅ 'ਚ ਜਾ ਕੇ ਦਿਖਾਓ, ਮੇਰਾ ਖਿਹੜਾ ਛੱਡੋ। ਅਸੀਂ ਤਾਂ ਜੀ ਬੜੀ ਉਮੀਦ ਲੈ ਕੇ ਆਏ ਸੀ ਸਾਨੂੰ ਕੋਈ ਨਾ ਕੋਈ ਰਾਹ ਦਿਖਾਓਗੇ। ਨਹੀਂ ਰਾਹ ਤਾਂ ਮੈਂ ਦਿਖਾ ਦਿੰਦੀ ਹਾਂ। ਹਾਂਜੀ ਤੁਸੀਂ ਦੱਸੋ ਜੀ। ਉੱਧਰ ਐਗਜ਼ਿਟ। ਚੱਲ ਗੋਰੇ ਬਾਈ, ਅਸਲੀ ਹੀਰਿਆਂ ਦੀ ਪਰਖ ਵੀ ਕੋਈ ਜੌਹਰੀ ਉਹ ਕਰ ਸਕਦਾ। ਦੋ ਤਜਰਬੇਕਾਰ ਹੀਰੇ ਖੋਣ ਦਾ ਘਾਟਾ ਨਾ, ਤੁਹਾਡੀ ਕੰਪਨੀ ਨੂੰ ਕਦੇ ਪੂਰਾ ਨਹੀਂ ਹੋਣਾ। ਇਹੋ ਜਿਹੇ ਹੀਰੇ ਨੇ ਕਿਸੇ ਕੋਲੇ ਦੀ ਖਾਂ 'ਚ ਰਹਿੰਦੇ ਤਾਂ ਚੰਗਾ ਸੀ, ਤੁਰਦੇ ਲੱਗੋ ਇੱਥੋਂ। ਅੱਛਾ ਇਹ ਜੋਬ ਏਜੰਸੀ 'ਚ ਨਿਕਲੇ, ਲੱਗਦਾ ਕੰਮ ਲੱਭਦੇ ਫਿਰਦੇ ਆ। ਇੰਨਾ ਹੀ ਦਿਹਾੜੀ ਦਾ ਮੈਂ ਲਵਾਉਣਾ। ਉਹ ਕੰਮ ਸਵਾਹ ਮਿਲਣਾ, ਟਰੂਡੋ ਨੇ ਇਹਨਾਂ ਦਾ ਬੰਦਾ ਸਾਧ ਲਿਆ ਕੈਨੇਡਾ 'ਚ। ਅੱਛਾ ਤੈਨੂੰ ਵੀ ਤਾਂ ਟਰੂਡੋ ਨੇ ਸੱਦਿਆ? ਨਾ ਮੇਰੀ ਤਾਂ ਗੱਲ ਫਿਰ ਹੋਰ ਹੈ ਨਾ, ਮੈਂ ਤਾਂ ਟੈਲੈਂਟਡ ਬੰਦਾ। ਨਾ ਟੈਲੈਂਟ ਤੂੰ ਸਪੈਸ਼ਲ ਕੋਟੇ 'ਚ ਆਇਆ ਸੀ? ਸਪੈਸ਼ਲ ਕੋਟੇ 'ਚ ਮੰਨ। ਹਾਂ ਉਹ ਆਹ ਕਿੱਡਾ ਡਰੀ ਗਾਂ ਵਾਂਗੂ ਅੱਖਾਂ 'ਚ ਕੱਢਦਾ ਆਉਂਦਾ। ਬਾਈ ਪਾਲੀ ਅਤੇ ਗੋਰਾ ਤੁਸੀਂ ਹੋ? ਹਾਂਜੀ ਹਾਂਜੀ ਬਾਈ। ਇੱਕ ਮਿੰਟ ਗੱਲ ਸੁਣੋ,
ਤੁਸੀਂ ਕੌਣ ਹੋ ਬਾਈ ਜੀ? ਬਾਈ ਮੈਂ ਤੁਹਾਡਾ ਸ਼ੁਭਚਿੰਤਕ ਹਾਂ। ਉਹ ਮੈਨੂੰ ਲੱਗਦਾ ਬਾਈ ਨੇ ਮੇਰੀ ਟਿਕਟੌਕ ਵਾਲੀ ਵੀਡੀਓ ਦੇਖ ਲਈ ਹੋਣੀ ਹੈ ਜਿਹੜੀ ਵਾਇਰਲ ਹੋਈ ਸੀ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ। ਪਰ ਤੁਸੀਂ ਮੈਨੂੰ ਕਿਵੇਂ ਪਛਾਣ ਲਿਆ? ਮੇਰੀ ਵੀਡੀਓ ਤਾਂ ਹਲੇ 400 ਵੀ ਨਹੀਂ ਟੱਪੀ। ਉਹ ਬਾਈ ਯਾਰ, ਆਪਾਂ ਕਿਹੜੀਆਂ ਗੱਲਾਂ 'ਚ ਪੈ ਗਈ? ਮੈਨੂੰ ਇਹ ਦੱਸੋ, ਤੁਸੀਂ ਇੱਥੇ ਕੰਮ ਲੱਭਦੇ ਫਿਰਦੇ ਸੀ? ਹਾਂਜੀ 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 ਹਾਂਜੀ। ਬਾਈ ਕੰਮ ਤਾਂ ਆਪਣੇ ਕੋਲ ਬਹੁਤ ਆ, ਆਜੋ ਬਹਿ ਕੇ ਗੱਲ ਕਰਦੇ ਹਾਂ। ਬਣ ਗਈ ਗੱਲ, ਆ ਜਾ। ਓਏ ਓਏ, ਮੈਨੂੰ ਕੋਈ ਗੜਬੜ ਲੱਗਦੀ ਹੈ। ਗੜਬੜ ਨੂੰ ਕਿਹੜਾ, ਤੈਨੂੰ ਕਿਡਨੈਪ ਕਰਕੇ ਲੈ ਜੂ ਯਾਰ ਇਹ। ਬਸ ਕਰਿਆ ਕਰ ਤੂੰ, ਦਿਨ ਦਿਹਾੜੇ ਉਹ ਵੀ ਇਹ। ਆ ਜਾ ਬਹਿ ਜਾ। ਚੱਲ ਉਬਰ ਦੇ ਪੈਸੇ ਤਾਂ ਬਚੇ। ਹੋਰ ਵੀ ਮੁੰਡਿਓ ਕੰਫਰਟੇਬਲ ਹੋ? ਹਾਂਜੀ ਹਾਂਜੀ ਹਾਂਜੀ। ਓ ਬਾਈ, ਓ ਬਾਈ ਕਿੱਥੇ ਆ ਤੂੰ? ਓ ਬਾਈ, ਓਏ ਹੌਲੀ ਬੋਲ, ਕੰਨ ਦਾ ਪੜਦਾ ਨਾ ਪਾੜਦੀ। ਓ ਸ਼ੁਕਰ ਆ ਬਾਈ, ਤੂੰ ਜਿਉਣਾ ਹਜੇ ਯਾਰ। ਸਾਲੇ ਜਿਸ ਹਿਸਾਬ ਨਾਲ ਬੰਨੀ ਬੈਠੀ ਆ ਨਾ, ਮੈਨੂੰ ਨਹੀਂ ਲੱਗਦਾ ਬੜਾ ਚਿਰ ਜਿਉਂਦਾ ਰੱਖਣਗੇ। ਓਏ ਨਾ ਮਾਰਾਂਗੇ ਨਾ ਮਰਨ ਦੇਵਾਂਗੇ, ਆਪਾਂ ਦਾ ਬਾਈ ਜੀ ਕੁੱਟਾਂਗੇ। ਬਾਈ ਤੂੰ ਹੈ ਕੌਣ? ਜੇ ਹਿੰਮਤ ਹੈ ਤਾਂ ਅੱਖਾਂ ਤੋਂ ਪੱਟੀ ਖੋਲ। ਓਏ ਸਾਲਿਆ, ਪੱਟੀ ਖਰਾ ਕੇ ਤਾਂ ਰੱਬ ਦੇ ਦਰਸ਼ਨ ਕਰਨੇ, ਤੂੰ ਕਹਿ ਹੱਥ ਖੋਲ। ਨਾ ਪੱਟੀ ਖੋਲਾਂਗੇ ਨਾ ਹੱਥ ਖੋਲਾਂਗੇ, ਆਪਾਂ ਤਾਂ ਬਾਈ ਜੀ ਕੁੱਟਾਂਗੇ। ਉਹ ਤੂੰ ਕਿਤੇ ਡਰਾ ਡਰਾ ਕੇ ਨਾ ਮਾਰਦੀ। ਮੈਨੂੰ ਤਾਂ ਇਹ ਕਿਡਨੀ ਕੁਡਨੀ ਚੋਰੀ ਕਰਨ ਵਾਲਾ ਤਾਂ ਗਰੋਹ ਲੱਗਦਾ, ਇਹ ਸਾਲੇ ਨਾ ਆਪਣੇ ਸਰੀਰ ਦੇ ਅੰਗ ਕੱਢ ਕੇ ਵੇਚਣਗੇ। ਨਾ ਸਰੀਰ ਚੋਂ ਕਿਡਨੀ ਕੱਢਾਂਗੇ ਨਾ ਅੰਗ ਕੱਢਾਂਗੇ, ਆਪਾਂ ਤਾਂ ਬਾਈ ਜੀ ਕੁੱਟਾਂਗੇ। ਉਹ ਤੈਨੂੰ ਕਿਸੇ ਨੇ ਚਾਬੀ ਦੇ ਕੇ ਛੱਡਿਆ ਹੈ? ਕੁੱਟਾਂਗੇ ਕੁੱਟਾਂਗੇ ਯਾਰ, ਤੂੰ ਕੁੱਟੀ ਲੈ ਜਾ ਤੇ ਮੈਂ ਵੀ ਦੇਖਾਂ ਤੈਨੂੰ ਭੱਡੇ ਬਦਮਾਸ਼ ਨੂੰ। ਉਹ ਤੈਂ ਜ਼ਰੂਰੀ ਟੁਕਣਾ ਸਿਖਾਉਣਾ ਬਾਈ ਜੀ, ਜੇ ਕੁੱਟਣਾ ਹੋਇਆ ਨਾ ਬਾਈ ਨੂੰ ਕੁੱਟਿਓ, ਮੈਂ ਤਾਂ ਜੀ ਬਹੁਤ ਸੌ ਬੱਚਾ, ਜਮਾਂ ਹੀ ਮੰਮੀ ਦਾ ਜੈਂਟਲਮੈਨ ਪੁੱਤਾਂ। ਵੱਡੇ ਬਦਮਾਸ਼ ਨੂੰ ਚੈਲੰਜ, ਆਪਾਂ ਤਾਂ ਬਾਈ ਜੀ ਬੇਸਬਾਲ ਬੈਟ ਨਾਲ ਕੁੱਟਾਂਗੇ 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 ਕੁੱਟਾਂਗੇ। ਉਹ ਤੂੰ ਮਾਰੇਗਾ ਵੀ, ਆਪ ਆ ਕੇ ਬੱਚਾ ਤੇਰੇ ਬੇਸਬਾਲ ਬੈਟ 'ਚ। ਉਹ ਕਿਉਂ ਤੇਰੀ ਮੌਤ ਵਾਜਾਂ ਮਾਰਦੀ ਹੈ? ਆਪ ਤਾਂ ਮਰੇਗਾ ਨਾਲ, ਮੈਨੂੰ ਵੀ ਮਰਾਏਗਾ। ਉਹ ਜੇ ਇੰਨੇ ਜੋਗਾ ਹੁੰਦਾ ਉਹਨੂੰ ਮਾਰ ਦਿੰਦਾ। ਉਹ ਤੂੰ ਕਿਉਂ ਟੂਕਣਾ ਸਿਖਾਏਗਾ ਜਬ ਦਾ? ਉਹ ਤੂੰ ਪਹਿਲੇ ਮੁੱਕ ਮਾਰ ਜਾ ਕਰ। ਓਏ ਕਿਵੇਂ ਰੌਲਾ ਪਾਇਆ, ਤੁਹਾਡੇ ਨਾਲ ਤੀਜਾ ਬੰਦਾ ਕਿੱਥੇ ਹੋਇਆ? ਉਹ ਤੈਨੂੰ ਕਿਵੇਂ ਪਤਾ ਸਾਡੇ ਨਾਲ ਤੀਜਾ ਬੰਦਾ ਹੁੰਦਾ ਸੀ? ਤੂੰ ਹੈ ਕੌਣ? ਉਹ ਮੈਨੂੰ ਤਾਂ ਇਹ ਹੈਪੀ ਹੋ ਲੱਗਦਾ, ਉਹ ਕਿਤੇ ਪ੍ਰੈਂਕ ਤਾਂ ਨਹੀਂ ਕਰੀ ਜਾਂਦਾ ਸਾਡੇ ਨਾਲ, ਕਿਤੇ ਤੇਰਾ ਇੰਡੀਆ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਹੋਵੇ। ਚੱਲ ਹੱਥ ਖੋਲ, ਮਜ਼ਾਕਾਂ ਕਰਦਾ। ਚਲੋ ਕੋਈ ਨਾ, ਉਹਦਾ ਬਚ ਗਿਆ, ਪਰ ਆਪਾਂ ਤਾਂ ਬਾਈ ਜੀ ਕੁੱਟਾਂਗੇ। ਤੈਨੂੰ ਸਾਲਿਆ ਸੌ ਲੱਗੇ ਪੱਟੇ ਮਹਾਰਾਜ ਦੀ, ਜੇ ਤੂੰ ਮੇਰਾ ਕਟਾਪਾ ਨਾ ਚੜਿਆ। ਓਏ ਨਹੀਂ ਤਾਂ ਮੇਰੇ ਹੱਥ ਖੋਲਦੀ ਸਾਲਿਆ, ਸ਼ਕਤੀ ਮਾਨ ਨੂੰ ਕੰਮ ਕੰਮ ਕੇ ਤੇਰੇ ਚਪੇੜਾ ਮੈਂ ਮਾਰੂ। ਉਹ ਤੂੰ ਨਾ ਟਲਿਆ, ਪਾਤਾ ਨਾ ਬਲਦੀ ਚ ਤੇਲ। ਤੁਹਾਡੀ ਆਹ ਇੱਛਾ ਪੂਰੀ ਕਰ ਦਿੰਦੇ ਹਾਂ ਸਾਲਿਓ। ਆਏ ਉਹ ਜਿਉਂਦਾ ਤੂੰ, ਲੈ ਲਿਆ ਸਵਾਦ। ਓਏ ਏਡੀ ਛੇਤੀ ਨਹੀਂ ਮਰਦਾ, 5-7 ਨੂੰ ਨਾਲ ਲੈ ਕੇ ਜਾਊਂ। ਆਏ ਜੇ ਇੰਨਾ ਹੀ ਦਰਦ ਹੁੰਦਾ ਫਿਰ ਨਾ ਛੇੜਦਾ ਭੁੰਡਾਂ ਦੇ ਖੱਖਰ ਨੂੰ। ਉਹ ਯਾਰ ਮੈਨੂੰ ਲੱਗਿਆ ਕਿਤੇ ਸਾਲਾ ਗੱਲਾਂ ਜੋ ਗਈ ਆ, ਤੂੰ ਪੱਟੀ ਖੋਲ ਰੱਖਾਂ ਦੀ ਮੇਰੀ। ਖੜ ਜਾ।
ਓਏ ਆ ਸਾਲਾ ਕਿਹੜੇ ਜੰਗਲ 'ਚ ਛੱਡ ਗਿਆ। ਯਾਰ ਪੱਟੀ ਤਾਂ ਖੋਲ ਦੇ। ਸਾਲਿਆ ਖੋਲ ਤਾਂ ਦਿੱਤੀ, ਇਹ ਖੰਭਣੀ ਆ ਵੀ ਸੱਤ ਗੱਠਾਂ ਦੇ ਕੇ ਬੰਨੀ ਆ ਵੀ ਜਿਹੜੀ ਖੁੱਲਦੀ ਨਹੀਂ। ਖੁੱਲਦੀ? ਉਹ ਸਾਲਿਆ ਮੈਨੂੰ ਕੁਛ ਦਿਸਦਾ ਕਿਉਂ ਨਹੀਂ? ਹਨੇਰਾ ਲੱਗੀ ਜਾਂਦਾ। ਹਨੇਰਾ ਲੱਗੀ ਜਾਂਦਾ? ਹਾਂ। ਉਹ ਤੂੰ ਸਾਲਿਆ ਕਿਤੇ ਨੀਂਦ 'ਚ ਤਾਂ ਨਹੀਂ ਗੱਲਾਂ ਕਰੀ ਜਾਂਦਾ ਮੇਰੇ ਨਾਲ? ਉਹ ਨੀਂਦ 'ਚ ਗੱਲਾਂ ਕਰੂ, ਤੂੰ ਸਹੇਲੀ ਆ ਮੇਰੀ। ਸਾਲਿਆ ਲਾਈਟ ਔਨ ਕਰ। ਸਾਲਿਆ ਇਹਨਾਂ ਦਾ ਚਾਨਣਾ, ਮੈਂ ਨਾਲੇ ਡੀਜ਼ਲ ਵਾਲਾ ਕੰਮ ਕਰਦਾ ਵੀ ਹੁਣ ਲਾਈਟਾਂ ਲਾ ਦੇਵਾਂ। ਚਾਨਣਾ? ਉਹ ਮੈਨੂੰ ਫਿਰ ਦਿਸਦਾ ਕਿਉਂ ਨਹੀਂ ਕੁਛ? ਦਿਸਦਾ ਨਹੀਂ, ਉਹ ਕੁਛ ਨਹੀਂ ਦੱਸਦਾ। ਇੱਕ ਮਿੰਟ, ਉਹ ਦੇਖ ਭਲਾ ਉਹ ਕੀ ਭੱਜਿਆ ਜਾਂਦਾ। ਉਹ ਸੜਿਆ ਤੂੰ ਥੱਪੜ ਨਾ ਖਾਲੀ, ਮਜ਼ਾਕ ਦਾ ਟਾਈਮ ਆ, ਮੈਨੂੰ ਕੁਛ ਨਹੀਂ ਦੱਸਦਾ। ਅੱਛਾ ਚੱਲ ਐਂ ਦੱਸ, ਆਹ ਕੀ ਫੜਿਆ ਮੇਰੇ ਹੱਥ 'ਚ? ਓਏ ਤੇਰੇ ਹੱਥ ਦਾ ਪਤਾ ਨਹੀਂ, ਪਰ ਜੇ ਮੇਰੇ ਹੱਥ 'ਚ ਤੇਰੀ ਗਿੱਚੀ ਆ ਗਈ ਨਾ, ਮੈਂ ਹਜੇ ਕਟਾਪਾ ਚੜ੍ਹੂੰ ਸੜਿਆ। ਉਹ ਮੈਨੂੰ ਕੁਛ ਨਹੀਂ ਦੱਸਦਾ। ਫਿਰ ਹੁਣ ਕਰੀਏ ਕੀ? ਹੱਥ ਫੜ, ਮੈਨੂੰ ਘਰ ਨੂੰ ਲੈ ਕੇ ਚੱਲ। ਵਾਹ ਬਾਈ, ਜੋ ਵੀ ਸੀ ਬੰਦਾ ਸੀ ਇਮਾਨਦਾਰ, ਫੋਨ ਨਹੀਂ ਚੋਰੀ ਕੀਤਾ। ਅੱਛਾ ਹਾਂ, ਓਏ ਹੱਥ ਲਾ ਕੇ ਦੇਖ ਮੇਰਾ ਫੋਨ ਹੈਗਾ? ਉਹ ਭਰਾਵਾ ਅੱਖਾਂ ਹੀ ਖਰਾਬ ਹੋਈਆਂ ਨੇ, ਹੱਥ ਤਾਂ ਚੱਲਦੇ ਨੇ, ਆਪ ਦੇਖ ਲੈ। ਹੈਗਾ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਉਹ ਕਿਹੜੀ? ਉਹਨੇ ਆਪਾਂ ਨੂੰ ਕੁੱਟਿਆ ਕਿਉਂ ਅਤੇ ਨਾਲੇ ਉਹ ਹੈਪੀ ਨੂੰ ਕਿਵੇਂ ਜਾਣਦਾ ਸੀ? ਇਹੀ ਤਾਂ ਗੱਲ ਵੀਰੇ ਮੈਨੂੰ ਨਹੀਂ ਸਮਝ ਆਈ। ਆਪਣੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਕੋਈ ਨਹੀਂ, ਸਿਵਾਏ ਇੱਕ ਬੰਦੇ ਦੇ। ਕਿਹਦੇ ਭਲਾ? ਚਲਹੋਤਰਾ। ਚਲਹੋਤਰਾ? ਤੈਨੂੰ ਲੱਗਦਾ ਉਹਨੇ ਕਰਾਇਆ ਸਾਰਾ ਕੁਛ? ਬਿਲਕੁਲ, ਉਹ ਐਡਾ ਸੌਖਾ ਮੰਨ ਕੇ ਮੈਂ ਗਿਆ ਚੱਕ ਦੇਣ ਨੂੰ ਉਹ। ਮੈਂ ਤਾਂ ਕਹਿੰਦਾ ਘਰੇ ਬਾਅਦ 'ਚ ਹੀ ਚੱਲਾਂਗੇ, ਪਹਿਲਾਂ ਸਾਲੇ ਦੇ ਅੱਜ ਉਹਦੀ ਛਤਰੋਲ ਕਰੀਏ। ਹੁਣੇ ਹੁਣੇ ਤਾਂ ਹਟਸਕਾ ਕੇ ਆਏ ਹਾਂ, ਉੱਤੋਂ ਪੁਲਿਸ ਅੱਡ ਸਿੱਕੂ। ਫਿਰ ਐਂ ਤਾਂ ਨਹੀਂ ਹੁਣ ਭਾਲੂ ਕਾਕੇ ਨੂੰ ਜਾਣ ਦੇ ਸਕਦੇ? ਨਹੀਂ ਪਾਲੀ ਨਹੀਂ, ਤੂੰ ਦੇਖੀ ਜਾਈਂ ਉਹ ਤਾਂ ਬਣਦਾ ਕੀ ਆ। ਉਹ ਦੇਖਣ ਤੋਂ ਯਾਦ ਆਇਆ ਮੈਨੂੰ ਦਿਸਦਾ ਨਹੀਂ ਕੁਛ, ਪਹਿਲਾਂ ਮੈਨੂੰ ਡਾਕਟਰ 'ਤੇ ਲੈ ਕੇ ਚੱਲ। ਉਹ ਸਾਲੇ ਇਹੋ ਜਿਹੇ ਟਾਈਮ ਕਿਹੜਾ, ਤੇਰਾ ਫੁੱਫੜ ਖੁੱਲ੍ਹਾ, ਤੜਕੇ ਦੇਖਾਂਗੇ। ਆ ਜਾ ਹੁਣ ਘਰ ਨੂੰ ਚੱਲੀਏ। ਮੈਂ ਕਰਦਾ ਆ ਕੰਮ ਸਿੱਧੇ ਤੇ ਪੈ ਜਾਂਦੇ ਨੇ ਪੁੱਠੇ, ਮੈਂ ਜਦ ਵੀ ਗਲੀ 'ਚ ਲੰਘਦਾ ਤਾਂ ਭੌਂਕਣ ਲੱਗਦੇ ਕੁੱਤੇ। ਉਹ ਇੱਕੋ ਥਾਲੀ ਦੇ ਨੇ ਸਭ ਚੱਟੇ ਪੱਟੇ।